ਸੌਣ ਦਾ ਜਿਹੜਾ ਕਨ ਬੰਦੋ ਬਸ ਕਰਨੇ ਆ ਬਲਾਗ ਜਿਹੜਾ ਹੈਗਾ ਨਾ ਅਪਲੋਡ ਕੀਤਾ ਜਾ ਕੇ ਮੈਂ ਸ਼ਹਿਰ ਇੱਕ ਇੱਕ ਦੋਏ 21 8ਰ ਕਿਤੇ ਦੁਬਾਰਾ ਮੈਂ ਫੇਰ ਆ ਗਿਆ ਸੀ ਲੇਕਿਨ ਅੱਗ ਪਈ ਸੀ ਉਸੇ ਕੀ ਹੈ ਇਹ ਦੇਖੋ ਲੈ ਹੁਣ ਥੋੜੀ ਬੋਤੀ ਅੱਗ ਪਈ ਹੈ ਲੇਕਿਨ ਹੁਣ ਜਿਹੜਾ ਮੈਂ ਸੌਣ ਲੱਗਿਆ ਦਰਵਾਜ਼ਾ ਬੰਦ ਕਰ ਲਵਾਂ ਔਰ ਮੈਂ ਨਾ ਵਾਈਫਾਈ ਆਪਣਾ ਦੇਖੋ ਕਿੱਥੇ ਬਣਾਇਆ ਹੋਇਆ ਹੈ ਇਹ ਦੇਖੋ ਮੋਬਾਈਲ ਨਾ ਵਾਸ ਨਾਲ ਬੰਨ ਕੇ ਰੱਖਿਆ ਹੋਇਆ ਤਾਂ ਕਰਕੇ ਚਲ ਰਿਹਾ ਇੰਟਰਨੈਟ ਨਹੀਂ ਤੇ ਇੰਟਰਨੈਟ ਬੰਦ ਹੋ ਜਾਂਦਾ ਹੁਣ ਨਾਈ ਕੀ ਹੁੰਦੀ ਹੈ ਸਬੂ ਮੁਲਾਕਾਤ ਕਿਉਂਕਿ ਬਿਸਤਰਾ ਵਗੈਰਾ ਜਿਹੜਾ ਨੇ ਮੈਂ ਆਪਣਾ ਬਣਾ ਲਿਆ ਬਿਸਮਿਲ੍ਲ੍ਹਾ ਰਹਿਮਨ ਰਹੀਮ ਅਸਲਾਮੁਅਲੈਕਮ ਕੀ ਹਾਲ ਚਾਲ ਸਰ ਬਣ ਰਹੀਆਂ ਤੇ ਅਲਹਮਦੁਲਿਲਾ ਮੈਂ ਤਾਂ ਬਿਲਕੁਲ ਠੀਕ ਠਾਕ ਤੁਹਾਡ ਕੀ ਹਾਲ ਚਾਲ ਨੇ ਔਰ ਸਬੂ ਦੇ ਤਕਰੀਬਨ 8:00 ਵਜੇ ਨੇ ਮਿਸਤਰੀ ਭਾਈ ਹਾਲੇ ਤੱਕ ਕੋਈ ਨਹੀਂ ਆਇਆ ਔਰ ਇੱਕ ਭਾਈ ਆਇਆ ਉਹਨੂੰ ਕਿਹਾ ਮਾਚਸ ਜਿਹੜੇ ਲੈ ਕੇ ਆ ਅੱਗ ਜਿਹੜਾ ਨਪਾੜੀਏ ਲੱਕੜਾਂ ਜਿਹੜੀਆਂ ਮੈਂ ਕੱਢ ਲਈਆਂ ਕਿਉਂਕਿ ਸਭ ਤੋਂ ਪਹਿਲੇ ਅੱਗ ਦੀ ਜ਼ਰੂਰਤ ਹੈ ਸਰਦੀ ਜਿਹੜੀ ਬਹੁਤ ਜ਼ਿਆਦਾ ਹੈ ਸੂਰਜ ਹੱਲੇ ਤੱਕ ਕੋਈ ਨਿਕਲਿਆ ਔਰ ਮਿਸਤੇ ਤਕਰੀਬਨ 2 ਘੰਟੇ ਤੋਂ 19 ਜੜਾ ਆ ਜਾਣਾ ਹੈ ਇਸ ਤੇਰੀ ਭਾਈ ਜਿਹੜਾ ਨਾ ਉਹ ਵੀ ਆ ਗਿਆ ਔਰ ਹੁਣ ਤੁਹਾਨੂੰ ਦੱਸ ਰਿਹਾ ਕਿ ਦੀਵਾਰ ਗिराਣੀ ਜਿਹੜੀ ਨਾ ਜ਼ਰੂਰੀ ਕਿਉਂ ਹੈ ਕਿਉਂਕਿ ਇੱਥੇ ਬੱਚਿਆਂ ਨੇ ਹੋਣਾ ਹੈ ਬੱਚਿਆਂ ਨੇ ਖੇਲਣਾ ਕੋਲਣਾ ਸਾਡਾ ਸਮਝਣ ਕੋਈ ਰਸਤਾ ਵੀ ਹੋਵੇ ਇਸੇ ਨਾਲ ਰਸਤੇ ਤੋਂ ਲੰਘ ਕੇ ਤੱਕੇ ਜਿਹੜਾਗਾ ਨਾ ਬਰਤਨ ਤੋੜਨ ਵਾਲੇ ਵਾਸ਼ਰੂਮ ਵਾਲੀ ਸਾਈਡ ਤੇ ਜਿਹੜਾ ਚਾਹੀਦਾ ਤੇ ਇੱਕ ਇੱਕ ਦੀ ਜਿਹੜਾ ਚੁਣਾਈਏ ਤੇ ਸਾਈਡ ਤੋਂ ਕਾਫੀ ਸਿਹਤ ਸਮਝਣ ਕੋਈ ਵਰਤੀ ਵਗੈਰਾ ਕੱਲ ਨੂੰ ਹੋਰ ਬਾਰਿਸ਼ ਵਗੈਰਾ ਆਵੇਗੀ ਨਾ ਤੇ ਕੱਲ ਨੂੰ ਗਿਰੇਗੀ ਬੱਚਿਆਂ ਉੱਤੇ ਜਾਂ ਕੋਈ ਨੁਕਸਾਨ ਵਗੈਰਾ ਹੋਵੇਗਾ ਉਸ ਨਾਲੋਂ ਬਿਹਤਰ ਹੈ ਕਿ ਇੱਕ ਦੀ ਹੈਗੀ ਤਿੰਨ ਇੱਟਾਂ ਦੀ ਹੁੰਦੀ ਨਾ तकरीबन 13 ਦੀ ਤਾਂ ਫਿਰ ਤਾਂ ਮਸਲਾ ਕੋਈ ਨਹੀਂ ਹੈਗਾ ਸਿੱਕੇ ਔਰਲੀ ਸਾਈਡ ਤੋਂ ਖਾਲੀ ਇਹ ਕਰੂੰ ਵਰਤੀ ਆ ਗਈਏ ਤੇ ਅਗਰ ਮੈਂ ਨਾ ਪਾਵਾਂ ਕੱਲ ਨੂੰ ਕੋਈ ਨੁਕਸਾਨ ਹੋਵੇ ਉਸ ਨਾਲੋਂ ਬਿਹਤਰ ਹੈ ਕਿ ਪਹਿਲੇ ਜਿਹੜਨਾ ਪਾਟ ਲਵੀਏ ਆਪੇ ਡਿੱਗੇ ਉਸ ਨਾਲੋਂ ਸੇ ਪਹਿਲੇ ਆਪ ਹੀ ਡੇ ਲਿੱਤੀ ਦੀਵਾਰ ਜਿਹੜੀ ਨਾ ਢਾ ਰਹਿਆਂ ਇਹ ਦੇਖੋ ਨਾ तकरीबन ਇੱਕ ਕਿੱਟ ਦੀ ਜਿਹੜੀ ਹੈ ਨਾ ਸਿਰਫ ਚੁਣਾਈ ਹੋਈ ਹੋਈ ਇੱਕ ਇੱਕ ਕਿੱਟ ਲੱਗੀ ਹੋਈ ਤੋੜ ਤੱਕ ਔਰੇ ਮਜ਼ਬੂਤ ਬਿਲਕੁਲ ਕੋਈ ਨਹੀਂ ਹੈਗੀ ਔਰ ਪਹਿਲੇ ਵੀ ਸਮਝ ਲੋ ਕਿ ਇਸ ਸਾਈਡ ਤੇ ਇਹ ਨਾ ਕਾਫੀ ਉਲੜੀ ਫੁਲੜੀ ਹੋਈ ਹੈ ਟੁੱਟ ਗਈ ਏ ਮਿਸਤਰੀ ਨੇ ਮੈਨੂੰ ਲਾ ਦਿੱਤਾ ਜੀ ਇਟਾਂ ਜਗੀਆਂ ਦਾ ਸਾਫ਼ ਕਰਨ ਤੇ ਔਰ ਆਪ ਇਟਾਂ ਢੋ ਰਿਹਾ ਹੈ ਅੱਜ ਕਹਿ ਰਿਹਾ ਮੈਨੂੰ ਮਜ਼ਦੂਰਾਂ ਲਈ ਦਿਹਾੜੀ ਦੇ ਦੇਵੀਂ ਕੋਈ ਰੋੜਾ ਕਚਰੇ ਦਾ ਹੁਣ ਆ ਇੱਥੇ ਨਾ ਸੱਟੋ ਤੁਸੀਂ ਕਚਰਾ ਬਾਹਰ ਮੈਂ ਲੈ ਜਾਉ ਉਹ ਜਿੱਥੇ ਪਿਆ ਨਹੀਂ ਅਗਲਾ ਕੁੱਟੀਆਂ ਵੀ ਰੋੜੀਆਂ ਰੂੜੀਆਂ ਉੱਥੇ ਜਿਹੜਾ ਨਾ ਲੈ ਜਾ ਕਿਉਂਕਿ ਇੱਥੇ ਵੀ ਹੋਰ ਸਟਾ ਦਾ ਪਹਿਲੇ ਬੜੀ ਓਕੀ ਜਿਹੜਾ ਸਾਰੀ ਸਫਾਈ ਕੀਤੀ ਘਰ ਚੋਂ ਜਿੱਥੇ ਕਿਹੜੀ ਰੋੜੀਆਂ ਪਿਆਣੋਂ ਦੇ ਉੱਤੇ ਹੀ ਸਟੀਆਂ ਠੀਕ ਹੈ ਨਾ ਸ਼ਾਇਦ ਅਸੀਂ ਇਹ ਵਾਲੀ ਦੀਵਾਰ ਜਿਹੜੀ ਨਾ ਨਾ ਹੀ ਪਟਦੇ ਅਗਰ ਭਾਈ ਸਾਹਿਬ ਆਪਣੀ 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 ਵਾਲੀ ਸਾਈਡ ਤੇ ਸਮਝ ਲੋ ਕਿ ਨੇ ਪਰਥੀ ਵਗੈਰਾ ਦਿੱਤੀ ਸੀ ਆਪਣੀ ਦੀਵਾਰ ਨਾਲ ਜਿਹੜੀ ਨਾ ਬਣਾ ਲੈਂਦਾ ਫੇਰ ਇਹ ਮਜ਼ਬੂਤ ਹੋਣੀ ਸੀ ਫੇਰ ਟੈਨਸ਼ਨ ਕੋਈ ਨਹੀਂ ਹੋਣੀ ਸੀ ਇਸ ਸਾਈਡ ਤੇ ਆਪਣੀ ਜਿਹੜੀ ਨਾਲ ਦੀਵਾਰ ਬਣਾ ਲੈਂਦਾ ਤਾਂ ਉਹਨੇ ਸਿੰਗਲ ਹੈਗੀ ਆ ਇਸ ਕਰਕੇ ਜਿਹੜਾ ਕੋਟ ਕਿਰਲੀ ਦੀ ਜਿਹੜੀ ਹੈ ਨਾ ਤੁਸੀਂ ਪਾਵਰ ਚੈੱਕ ਕਰੋ ਕਿਵੇਂ ਉਹਨੇ ਵੇਖ ਲੈ ਕਿੱਡਾ ਰੋੜਾ ਵੱਡਾ ਚਾਈ ਖੜੀ ਛੱਡਦੇ ਵਰਦਸ਼ ਕਰਦੀ ਪੀਏ ਸਰਦੀ ਲੱਗੀ ਖੜੀਏ ਇਹ ਨਹੀਂ ਛੱਡਦੀ ਉਹ ਛੱਡ ਦਿੱਤਾ ਇਸ ਇਹਨੂੰ ਜਿਹੜਾ ਕਿਤੇ ਛੱਡ ਦਿੰਦੇ ਐ ਇਹਨਾਂ ਵੱਟਿਆਂ ਦੇ ਵਿੱਚੋਂ ਜਿਹੜਾ ਨਿਕਲੀ ਏ ਇੰਨੀਆਂ ਸਾਰੀਆਂ ਇੱਟਾਂ ਜਿਹੜੀਆਂ ਨੇ ਸਾਫ਼ ਕਰ ਲੀਆਂ ਨੇ ਹਾਲੇ ਤਕਰੀਬਨ ਕਾਫੀ ਸਾਰੀਆਂ ਉੱਧੇ ਹੀ ਉਸ ਸਾਈਡ ਤੇ ਪਈਆਂ ਨੇ ਔਰ ਐਵੀਜੈਂਡਾਂ ਲੀਆਂ ਔਰ ਮਿਸਤਰੀ ਭਾਈ ਦੋਵੇਂ ਜਿਹੜਨਾਂ ਸੀ ਸੰਭਲ ਕੋ ਲੱਗੇ ਹੋਏ ਐ ਇਹ ਵਾਲੀਆਂ ਇੱਟਾਂ ਤਾਂ ਸਾਫ਼ ਕਰ ਲੀਆਂ ਨੇ ਔਰ ਸੂਰਜ ਇੱਥੋਂ ਥੋੜਾ ਜਿਹਾ ਨਜ਼ਰ ਆਇਆ ਸੀ ਲੇਕਿਨ ਫਿਰ ਜਿਹੜਾ ਹੈ ਨਾ ਲੋਕਿਆ ਔਰ ਅੱਜ ਵੀ ਮੇਰੇ ਖਿਆਲ ਦੇ ਵਿੱਚ ਸੂਰਜ ਜਿਹੜਾ ਹੈ ਨਾ ਕੋਈ ਨਹੀਂ ਨਿਕਲਣ ਵਾਲਾ ਕਿਉਂਕਿ ਸਵੇਰ ਦੇ ਸਮੇਂ ਲੋਕ ਕਿ ਨਾ ਮਹਿਸੂਸ ਧੁੰਦ ਤਾਂ ਕੋਈ ਨਹੀਂ ਆਗੀ ਉਹ ਕਹਿੰਦਾ ਨਾ ਸਾਫ਼ ਦੂਰ ਤੋਂ ਥੋੜੀ ਬਹੁਤ ਧੁੰਦ ਹੈ ਬੱਦਲ ਜਿਹੜਾ ਨਾ ਲੱਗਦਾ ਬਣਦੇ ਪਏ ਨੇ ਟਾਂ ਜਿਹੜੀਆਂ ਮੈਂ ਸਾਰੀਆਂ ਸਾਫ਼ ਕਰ ਲੀਆਂ ਨੇ ਲੇਕਿਨ ਇੱਕ ਪਰੇਸ਼ਾਨੀ ਬਣੀ ਖੜੀ ਹੈ ਕਿ ਭਾਈ ਉਹ ਸੱਜੀ ਜਿਹੜੀ ਹੈ ਨਾ ਇਧਰੋਂ ਨਹੀਂ ਵਗੈਰਾ ਸਾਫ਼ ਕਰਦੇ ਨੇ ਤੇ ਮਿੱਟੀ ਜਿਹੜੀ ਹੈ ਨਾ ਪਰੋਂ ਸਾਰੀ ਜਿਹੜਾ ਨਾ ਡੇਗ ਜਾਂਦੀ ਹੈ ਹੁਣ ਅੱਗੇ ਇਹਨਾਂ ਨੇ ਨਹੀਂ ਜਿਹ ਇਦਰੋਂ ਜਿਹੜਾ ਨਾ ਫਿਰ ਸਾਰੇ ਡੇਗ ਪਈਏ ਮਿੱਟੀ ਇਹਨਾਂ ਦੀ ਸਾਰੀ ਮਿਹਨਤ ਜਿਹੜੀ ਨਾ ਜ਼ਾਇਆ ਗਈ ਹੈ। ਉੱਟੀ ਪਾਣੀ ਤੇ ਜੜਨਾ ਉਹ ਵੀ ਟਾਈਮ ਹੋ ਗਿਆ। ਮਿਸਤਰੀ ਭਾਈ ਜਿਹੜਾ ਨਾ ਪੈਸੇ ਦਿੱਤੇ ਨ ਮੈਨ ਕਿਹਾ ਜੀ ਲਿਆਓ ਜਾ ਕੇ ਰੋਟੀ ਸਾਲਣ। ਔਰ ਮੈਂ ਬਾੜਨਾ ਅੱਗ। ਅੱਗ ਪਹਿਲੇ ਮੈਂ ਇੱਥੇ ਬਾੜੂ ਸੀ। ਪਹਿਲੇ ਇੱਥੇ ਬਾੜੀ ਹੈ ਬਲਕਿ ਸੂਬਾ ਸੂਬਾ ਜਿਹਨੇ ਸੇਕੀ ਹੈ। ਲੇਕਿਨ ਹੁਣ ਨਾ ਸਰਦੀ ਵੀ ਨਹੀਂ ਲੱਗਦੀ ਕਿਉਂਕਿ ਕੰਮ ਵਗੈਰਾ ਕੀਤਾ ਹੈ ਨਾ ਤੇ ਹੁਣ ਜਿੰਨ ਸਰਦੀ ਕੋਈ ਨਹੀਂ ਲੱਗ ਰਹੀ। ਤੇ ਇਸ ਜਗ੍ਹਾ ਤੇ ਇਦਾਂ ਜੜ ਨਾ ਬੜਨੇ ਕਿਉਂਕਿ ਭਾਈ ਹੋਰੀ ਕੰਮ ਕਰਨਾ ਜਿਸ ਟਾਈਮ ਦਿਲ ਕੀਤਾ ਨਾ ਅਸਤੇਗਾ ਤੇ ਜੇ ਨਾ ਬਾਲਨੇ ਆ ਔਰ ਨਹੀਂ ਅਸੀਂ ਫੇਰ ਖੱਟੀ ਖਲਿਆ ਕਿਦਰੇ ਫੇਰ ਨਾ ਪਰੂਆ ਜਿਹੜੀ ਨ ਡੇਗ ਪਵੇ ਮਿੱਟੀ ਤੇ ਕਿਉਂਕਿ ਦੂਸਰੀ ਤੀਸਰੀ ਵਾਰ ਜਿਹੜੀ ਨ ਖਟਾਈ ਕੀਤੀ ਖਲਿਆ ਉਪਰੋਂ ਜਿਹੜੇ ਮਿੱਟੀ ਡਿਗਦੀ ਤੇ ਫੇਰ ਜਿਹੜਾ ਨ ਪੁਰਾਈ ਹੋ ਜਾਂਦੀ ਪਰਥੀ ਹੋ ਜਾਂਨ ਥੱਲੇ ਬਾਕੀ ਉਹ ਗੁਲ ਸਾਈਡ ਤੋਂ ਥੋੜੀ ਜੀ ਦੀਵਾਰ ਜਿਹੜੇ ਨਦਾ ਹੈ ਜੀ ਚੱਲਣ ਚੱਲ ਕੇ ਚੜਨਾ ਅੱਗ ਬਾਲਨੇ ਮਿਸਤਰੀ ਗਿਆ ਹੈ ਮੋਟਰਸਾਈਕਲ ਤੇ ਸਭ ਦੀ ਜਿਹੜੀ ਨ ਕਾਫੀ ਜ਼ਿਆਦਾ ਹੈ ਇਸੇ ਕਰਕੇ ਜਿਹੜਾ ਨ ਉਹਦੇ ਆਣ ਤੋਂ ਪਹਿਲੇ ਪਿੰਨ ਨ ਅੱਗ ਬਾਲ ਲੈਂਦੇ ਆ ਮੱਟੀ ਜਿਹੜੀ ਐ ਨਾ ਥੱਲੇ ਵਾਲੀ ਸਾਈਡ ਤੋਂ ਗਿੱਲੀ ਏ ਸਾਰੀ ਤੇ ਪੂਰਾ ਤੋੜਾ ਜਿਹੜਾ ਗਣਾ ਸੜਨ ਲੱਗਿਆ ਤਾਂ ਜਾ ਕੇ ਜਿਹੜੇ ਨੇ ਮੇਰੇ ਖਿਆਲ ਵਿੱਚ ਅੱਗ ਬੜੇਗੀ ਅੱਗ ਤਾਂ ਮੈਂ ਲਾ ਦਿੱਤੀ ਇਸਤਰੀ ਭਾਈ ਨੂੰ ਕਹਿਣਾ ਸੀ ਫੋਨ ਕਰਕੇ ਸਵੇਰ ਆਣ ਲੱਗਿਆ ਨਾਸ਼ਤਾ ਜਿਹੜਾ ਨਾ ਮੇਰਾ ਲਾਹਮਦੰ ਤੇ ਫਿਰ ਤਮਸਲੇ ਕੋਣ ਸੀ ਔਰ ਨਾਸ਼ਤਾ ਜਿਹੜਾ ਨਾ ਸੰਭਲ ਕੋ ਸਵੇਰ ਤੋਂ ਨਾਸ਼ਤੇ ਕੋਨ ਕੀਤਾ ਕੰਮ ਹੀ ਕਾਫੀ ਸਾਰਾ ਕੀਤਾ ਹੈ ਔਰ ਆਗੇ ਜਿਹੜਾ ਬਲਗੀ ਮਾਸ਼ਾਅੱਲਾ ਕੀ ਬਾਤ ਹੈ ਟਾਈਮ ਹੀ ਤਕਰੀਬਨ 12 1 ਵਜ ਗਏ ਨੇ ਔਰ ਰੋਟੀ ਪਾਣੀ ਦਾ ਟਾਈਮ ਹੋ ਗਿਆ ਹੁਣ ਤੱਕ ਹੀ ਨਾਸ਼ਤੇ ਤੋਂ ਬਗੈਰ ਰੋਟੀ ਪਾਣੀ ਜਿਹੜਾ ਨਾ ਖਾਇਆ ਜਾਵੇਗਾ ਨਹੀਂ देर तक ਕਿਸੇ ਮੈਂ ਘਰ ਵਿੱਚ ਆਣਾ ਸਮਝ ਲੋ ਕੇ ਜਿਹੜੀ ਸਿਮ ਹੈ ਤੇ ਜਲਦੀ ਨਾ ਜਿੰਦੇ ਸਿਮ ਵਗੈਰਾ ਦੇ ਸਿਗਨਲ ਵਗੈਰਾ ਆਂਦੇ ਨੇ ਉਹ ਵਾਲੇ ਜਿਹੜਾ ਨਾ ਨੈਟਵਰਕ ਸਮਝ ਲੋ ਕੇ ਘਰ ਹੈਗਾ ਟੈਲੀਨਾਰ ਮੇਰੇ ਕੋਲ ਇਸ ਟਾਈਮ ਤੇ ਜ਼ੋਂਗ ਗਈ ਹੈ ਜਾਇਜ਼ ਹੁੰਦੇ ਇੱਥੇ ਸਿਗਨਲ ਜਿਹੜਾ ਨਾ ਆਂਦੇ ਕੋਈ ਨਹੀਂ ਔਰ ਸਮਝ ਲੋ ਕੇ ਹਾਲੇ ਤੱਕ ਕੱਲ ਦੀ ਨਾ ਕਿਸੇ ਦੀ ਕੋ ਕਾਲ ਆਈ ਹੈ ਔਰ ਨਾ ਕਿਸੇ ਨੂੰ ਕੋ ਨੈਟ ਨਾ ਦਾ ਸਿਸਟਮ ਕੋ ਨਹੀਂ ਅਗਰ ਹੋਵੇ ਇਸ ਬਣ ਜਾਂਦਾ ਸਿਸਟਮ ਲੇਕਨ ਉਹਨ ਦੇ ਵਾਸਤੇ ਸਾਨੂੰ ਛੱਤ ਤੇ ਜਿੰਨਾ ਚੜਨਾ ਪੈਂਦਾ ਤੇ ਇੰਨੀ ਸਰਦੀ ਵਿੱਚ ਛੱਤ ਤੇ ਚੜਿਆ ਨਹੀਂ ਜਾਂਦਾ ਮਾਸ਼ਾਅੱਲਾ ਜੀ ਗੁਲਾਬ ਜਿਹੜਾ ਹੈਗਾ ਨਾ ਖਿਲਣਾ ਸ਼ੁਰੂ ਹੋ ਗਿਆ ਲੇਕਨ ਇਹਨੂੰ ਮੇਰੇ ਖਿਆਲ ਹੈ ਹਫ਼ਤੇ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਕਿੰਨਾ ਪਿਆਰਾ ਲੱਗ ਰਿਹਾ ਔਰ ਇਹ ਕਾ ਖੇਲ ਰਿਹਾ ਅਲਹਮਦੁਲਿਲਾ ਜੀ ਸਾਡਾ ਰੋਟੀ ਸਾਲਣ ਆ ਚੁੱਕਿਆ ਔਰ ਅੱਜ ਮਿਸਤਰੀ ਭਾਈ ਨੇ ਮੈਂ ਕਿਹਾ ਸੀ ਇਸ ਖਾਲੀ ਜਣ ਚਨੇ ਲੈ ਕੇ ਆਣ ਬਸ ਚਨੇ ਲੈ ਆਂਦੇ ਨੇ ਹਾਂਜੀ ਚਨੇ ਜੜਨਾ ਫਿਰ ਵੀ ਸਹੀ ਪੱਕੇ ਹੁੰਦੇ ਨੇ ਤੇ ਨਾਲ ਰੈਤਾ ਮੰਗਾਇਆ ਸੀ ਦਹੀਂ ਦੂਆ ਨਾਲ ਸਲਾਦ ਕੋਈ ਨਹੀਂ ਦਿੱਤਾ ਸਰਦੀ ਹੈ ਕੋਈ ਨਹੀਂ ਬਾਹਰ ਅਸਲ ਤੇ ਸੂਰਜ ਵੀ ਕੋਈ ਨਹੀਂ ਨਿਕਲਿਆ ਤਾਂ ਹੋਰ ਨਾ ਹਵਾ ਜਿਹੜਾ ਨਾ ਥੋੜੀ ਬਹੁਤੀ ਚੱਲੀ ਹੋਈ ਹੈ ਕਿਸੇ ਟਾਈਮ ਤੋਂ ਜ਼ਿਆਦਾ ਤੇਜ਼ ਹੋ ਜਾਂਦੀ ਹੈ ਕਿਸੇ ਟਾਈਮ ਜਿਹੜਾ ਨਾ ਮੱਠੀ ਲੇਕਿਨ ਹੁਣ ਵੀ ਮਾੜੀ ਮੋਟੀ ਹਵਾ ਹੈ ਸਹੀ ਮਾਸ਼ੱਲਾ ਜੀ ਫਾਈਨਲੀ ਅਲਹਮਦੁਲਿਲਾ ਸੂਰਜ ਜਿਹੜਾ ਗਾ ਨਾ ਨਿਕਲ ਆਇਆ ਲੇਕਿਨ ਮਦਮ ਮਦਮ ਨਿਕਲਿਆ ਇਨਾ ਤੇਜ਼ ਨਹੀਂ ਤੇ ਚਮਕੀਆਂ ਕਿ ਮਾਰ ਰਿਹਾ ਮੋਬਾਈਲ ਦਾ ਮੇਰੇ ਖਿਆਲ ਕੰਮ ਹੈ ਜਿਨੋ ਕਾਵਤ ਪੂਰੀ ਹੋਗੀ ਕਿ ਸੂਰਜ ਅੱਖਾਂ ਮਾਰ ਰਿਹਾ ਅੱਜ ਸੂਰਜ ਸਹੀ ਨਹੀਂ ਅੱਖਾਂ ਮਾਰੀਆਂ ਨੇ ਔਰ ਮੈਂ ਜਿਹੜਾ ਨਾ ਕਰਨ ਲੱਗਿਆ ਜੀ ਪਾਈ ਉਰੇ ਤੇ ਕੰਮ ਕਰ ਰਹੇ ਮੈਂ ਨਾ ਗਾਰਡਨ ਦੀ ਕੋਈ ਨਾ ਸਫਾਈ ਵਗੈਰਾ ਕਰਨ ਲੱਗਿਆ ਕਾਫੀ ਸਾਰਾ ਜਿਹੜਾ ਨਾ ਕਿਆਰੀਆਂ ਥੱਲੇ ਕਚਰਾ ਵਗੈਰਾ ਜੰਮਿਆ ਹੋਇਆ ਇਹ ਨਾ ਸਾਰਾ ਅੱਜ ਪੱਟਣ ਲੱਗਿਆ ਟੋਟਲ ਜਿਵੇਂ ਆ ਚੌਕੀ ਹੋਈ ਪਈ ਨਾ ਤਕਰੀਬਨ ਸਾਰੀ ਚੌਕੀ ਕਰਨਿਆ ਮਿਸਤਰੀ ਤੇਰੇ ਕੋਲ ਕਰੰਡੀ ਲੈਣ ਦੀ ਹੈ ਹੈ ਕਰੰਡੀ ਨਰੰਬਾ ਹੈ ਕੋਈ ਨਿਕਰੰਡੀ ਨਾ ਜਿਹੜਾ ਨਬੇਤੀ ਹੋਵੇ ਜੀ ਕਿਉਂ ਠਹਿਰ ਕੇ ਜਿਹੜਾ ਗਨ ਚੱਲਨੇ ਆ ਚੱਲ ਕੇ ਪੈਸੇ ਵਗੈਰਾ ਲੈ ਆਣੇ ਨੇ ਔਰ ਪੱਠੇ ਤੇ ਜਿਹੜਾ ਆਈਟਮ ਦੇਣੇ ਨੇ ਪਹਿਲੇ ਦੇਖ ਕੇ ਨਾ ਇੱਕ ਦੋ ਬਾਹਰ ਲੱਗ ਗਨ ਤੇ ਫਿਰ ਇਟਾਂ ਜਿਹੜੀਆਂ ਨਾ ਸਾਹਮਣੂ ਕਿ ਜਿਵੇਂ ਬਾਹਰ ਚ ਲੱਗੀਆਂ ਹੋਈਆਂ ਨੇ ਇਸ ਤਰੀਕੇ ਉਹਦੀ ਕਰ ਲਵਾਂਗੇ ਗਿਣਤੀ ਬਕੀ ਨਹੀਂਆਂ ਕਿ ਜਿਹੜੀਆਂ ਲੱਗਣੀਆਂ ਨੇ ਉਹਦੇ ਹਿਸਾਬ ਨਾਲ ਲੈਵਾਂ ਕਿਉਂਕਿ ਵੱਧ ਪਹਿਲੇ ਵੀ ਜਿਹੜੀਆਂ ਨਾ ਲੈ ਕੇ ਆ ਗਏ ਨਾ ਤੇ ਫਿਰ ਛਾਤੇ ਰੱਖਣੀਆਂ ਪੈਣਗੀਆਂ ਕਿਉਂਕਿ ਥੱਲੇ ਮੇਰੀ ਦੇ ਲੱਗੀ ਸੀ ਕਿਵੇਂ ਪਹਿਲੇ ਜਿ ਤਰ੍ਹਾਂ ਸਫਾਈ ਹੈ ਨਾ ਥੱਲੇ ਬਿਲਕੁਲ ਸਾਫ਼ ਸੁਥਰਾ ਨਿਜ਼ਾਮ ਹੋਵੇ ਕਚਰਾ ਵਗੈਰਾ ਇੱਟਾਂ ਵਗੈਰਾ ਬਿਲਕੁਲ ਨਾ ਹੋਣ ਇਸੇ ਕਰਕੇ ਸਾਰੀਆਂ ਇੱਟਾਂ ਜਿਹਨਾਂ ਖਤਮ ਕਰਨੀਆਂ ਨੇ ਜਿੰਨੀਆਂ ਦੀ ਜ਼ਰਤ ਹੋਈ ਕੁੰਨੀਆਂ ਕੇ ਜਿਹੜੀਆਂ ਨਾ ਲੈ ਆਵਾਂਗੇ ਔਰ ਇਹ ਆ ਗਈ ਜੀ ਕਰੰਡੀ ਇਹਦੇ ਨਾਲ ਜਿਹੜੀ ਨਾ ਚੌਕੀ ਵੈਸੇ ਚੌਕੀ ਕਰਨ ਵਾਲੀ ਮੈਂ ਲੈ ਕੇ ਆਵਾਂ ਕੋਈ ਨਾ ਕੋਈ ਚੀਜ਼ ਦੁਕਾਨ ਤੋਂ ਜਾ ਕੇ ਨਾ ਲੈ ਆਣੀ ਚਾਹੀਦੀ ਹੈ ਬismillah अर रहमान रहीम ਇਹ ਸਾਈਟ ਤੋਂ ਇਤਨਾ ਸਾਨੂੰ ਛੱਡ ਦਿੰਨੇ ਆ ਕਾਹ ਵਾਸਤੇ ਤੇ ਬਾਕੀ ਦੀ ਜੇ ਮੈਂ ਸਾਰੀ ਇਹਨਾਂ ਦੇ ਨਾਲ ਤਾਂ ਬੜਾ ਬਿਹਤਰੀਨ ਵੈਸੇ ਹੋ ਰਿਹਾ ਹੈ ਹਾਥੇ ਛੜਨ ਨੂੰ ਬੜੀ ਜ਼ਬਰਦਸਤ ਤੇ ਔਰ ਇਹਦੇ ਨਾਲ ਅੱਜ ਮੈਂ ਵਿਲਾ ਹੀ ਮੈਂ ਸੋਚਿਆ ਗਾਰਡਨ ਦੀ ਜਿੰਨ ਸਫਾਈ ਕਰ ਲਈ ਸਫਾਈ ਮੈਂ ਕਾਫੀ ਸਾਰੀ ਕਰ ਲਈ ਲੇਕਨ ਨਾ ਮੈਨੂੰ ਇੱਕ ਰੱਸੀ ਦੀ ਜ਼ਰੂਰਤ ਪਾਨੀ ਗੀ ਉਹ ਰੱਸੀ ਜਿੰਨ ਲੱਪਣਿਆ ਐ ਤੇ ਜਿਹੜਾ ਨਾ ਨਾਲਾ ਪਿਆ ਸਲਵਾਰ ਦਾ ਕਿਸੇ ਅਈਓ ਹੀ ਲੈ ਜਾਂਦੇ ਹਾਂ ਚੱਲ ਰੱਸੀ ਹੋਰ ਪਈ ਹੈ ਲੇਕਨ ਉਹ ਜ਼ਿਆਦਾ ਮੋਟੀ ਹੋ ਇੱਕ ਪੌਦਾ ਹੈਗਾ ਜਿਹੜਾ ਉਹ ਬਨਣਾ ਔਰ ਮਿਸਤਰੀ ਭਾਈ ਸਮਝ ਲੋ ਕਿ ਵਿਲਾ ਹੈ ਜਿੰਨੀ ਦੇਰ ਤੱਕ ਹੈ ਉਹ ਖਟੀਵੇਂ ਨਾ ਔਰ ਮਾਸ਼ਾਅੱਲਾ ਬੜਾ ਖੂਬਸੂਰਤ ਲੱਗ ਰਿਹਾ ਸਫਾਈ ਤੋਂ ਬਾਅਦ ਐ ਦੇਖੋ ਉਹ ਸਾਈਡ ਤੋਂ ਵਾਲੇ ਥੋੜੀ ਬਹੁਤੀ ਕਰਨ ਵਾਲੀ ਲੇਕਿਨ ਐ ਸਾਈਡ ਤੋਂ ਸਫਾਈ ਕਰ ਲਈ। ਕਿੰਨਾ ਜ਼ਬਰਦਸਤ ਸਾਫ ਸੁਥਰ ਨਜ਼ਾਮ ਹੋ ਗਿਆ। ਇਹ ਸਾਰੀ ਇਹ ਤਣ ਤੱਕ तकरीबन ਮੈਂ ਸਫਾਈ ਕਰ ਲਈ ਔਰ ਐਸ ਤੋਂ ਅਗੇ ਸਫਾਈ ਹੋਣ ਵਾਲੀ। ਇਹ ਦੇਖੋ ਜੇ ਕਿਸ ਤਰ੍ਹਾਂ ਲੱਗ ਰਹੀ ਹੈ। ਔਰ ਐ ਕਿਸ ਤਰ੍ਹਾਂ ਲੱਗ ਰਹੀ ਹੈ। ਦੋ ਪੌਦੇ ਹੀ ਪੂਰੇ ਗਾਰਡਨ ਚ ਲਾਇਏ ਸੀ। ਇੱਕ ਇਹ ਹੈ ਜੀ ਕੀ ਮਸੱਦੇ ਨੇ। ਫਾਲਸੇ ਦਾ ਪੌਦਾ ਹੈ। ਲੇਕਿਨ ਇਹ ਥੱਲੋਂ ਜਿਹੜਾ ਪੱਤੇ ਵਗੈਰਾ ਪਾਟ ਰਹੇ ਆ। ਤਾਂ ਕਿ ਇੰਦੀ ਹੁਣ ਸੀਜ਼ਨ ਆ ਗਿਆ ਇਸ ਗਰਮੀਆਂ ਦੇ ਵਿੱਚ ਜਿਹੜਾ ਇਹਨਾਂ ਫਾਲਸਾ ਲੱਗਣਾ। ਤਾਂ ਕਿ ਉਕੇ ਪੱਤੇ ਕਾਫੀ ਸਾਰੇ ਜਿਹਨਾਂ ਖੁਸ਼ਕ ਹੋਏ ਪਏ ਨੇ ਕੁਛ ਕੁਛ ਇਸ ਤਰ੍ਹਾਂ ਦੇ ਕੁਛ ਕੁਛ ਹੋ ਰਹੇ ਨੇ ਪਹਿਲੇ ਜਿਹੜਾ ਨਾ ਮੈਂ ਥੱਲੋਂ ਨਾ ਸਫਾਈ ਕਰਨੀ ਆ ਪਹਿਲੇ ਹੀ ਫਟ ਦੇਈ ਮਾਸ਼ਾਅੱਲਾ ਮੌਸਮ ਤਾਂ ਜਿਹੜਾ ਹੈਗਾ ਨਾ بارش ਦਾ ਬਣਿਆ ਖੜਾ ਹੈ ਬੱਦਲ ਬਣੇ ਖੜੇ ਨੇ ਜੀ ਸਾਰੇ ਦੇਖਨੇ ਆ ਅੱਲਾ ਪਾਕ ਜਿਹੜਾ ਨ ਕੀ ਕਰਦਾ ਬਾਕੀ ਗਾਰਡਨ ਦਾ ਕੰਮ ਮਾਸ਼ਾਅੱਲਾ ਮੈਂ ਕਾਫੀ ਸਾਰਾ ਨਿਬੇੜ ਮੋੜ ਲਿਆ ਪਾਣੀ ਪੀਣ ਜਿਹੜਾ ਹੈਗਾ ਨਾ ਆਇਆ ਸੀ ਮੇ ਔਰ ਮੈਂ ਇਹਦੇ ਥੱਲੇ ਜਿਹੜੇ ਖੜੇ ਸੀ ਨੋ ਬੂਟੇ ਗੁਲਾਬਾਂ ਵਗੈਰਾ ਦੇ ਉਹ ਵੀ ਜਿਹੜਾ ਨਾ ਪੱਟ ਦਿੱਤੇ ਨੇ ਕਾਫੀ ਸਾਰੇ ਬੂਟੇ ਵਗੈਰਾ ਪੱਤੇ ਨੇ ਇਹ ਗੁਲਾਬ ਦੇ ਪੌਦੇ ਜਿਹੜਾ ਇਹ ਵੀ ਪੱਟ ਪੱਤੇ ਨੇ ਇਹ ਜਿਹੜਾ ਹੋਰ ਕਿ ਸੇ ਪਾਸੇ ਹੁੰਦੇ ਜਿਹੜਾ ਸਮੈਤ ਪੱਤੇ ਨੇ ਇਹ ਪੰਜ ਬੂਟੇ ਥੱਲੇ ਜਿਹੜਾ ਖੜੇ ਨੇ ਹਾਲੇ ਤੱਕ ਤਿੰਨ ਬੂਟੇ ਖੜੇ ਹੋਏ ਨੇ ਇੱਥੇ ਵਿੱਚ ਇਹ ਦੇਖੋ ਉਪਰਲੀ ਸਾਈਡ ਤੋਂ ਨਿਕਲ ਲੇਕਿਨ ਇੱਥੇ ਥੱਲੇ ਫੁੱਟਣ ਦਾ ਫਾਇਦਾ ਕੋਈ ਨਹੀਂ ਇਹਨਾਂ ਦਾ ਇਹ ਗੁਲਾਬ ਲੱਗਦੇ ਰਹਿੰਦੇ ਨੇ ਇੱਥੋਂ ਇਹਨਾਂ ਪਾਟ ਰਿਆਂ ਸਾਰੇ ਔਰ ਬਾਕੀ ਥੱਲੋਂ ਸਾਰੀ ਜਿਹੜੀ ਨਕਰ ਦਿੱਤੀ ਸਫਾਈ ਤੋੜ ਤੱਕ ਇੱਥੋਂ ਥੋੜੀ ਬਹੁਤੀ ਅੱਗੇ ਰਹਿਣਾ ਰਹਿ ਗਈ ਤੇ ਬਾਕੀ ਥੱਲੋਂ ਕਰ ਲਈ ਸਾਰੀ ਸੂਰਜ ਜਿਹੜਾ ਹੈ ਨਾ ਗਰੂਪ ਹੋਇਆ ਖੜਾ ਹੈ ਹਾਲੇ ਤੱਕ ਸਾਡਾ ਕੰਮ ਜਿਹੜਾ ਨਾ ਨਹੀਂ ਖਤਮ ਹੋਇਆ ਹਾਲੇ ਤੱਕ ਸਭ ਲੋਕ ਮਿੱਟੀ ਦੀ ਸਫਾਈ ਹੀ ਹੋਈ ਜਾ ਰਹੀ ਕਿਉਂਕਿ ਨਾ ਮਿੱਟੀ ਹਲੇ ਹੁਣ ਉਨ ਪਰਤੀ ਪਈ ਹੈ ਨਾ ਤੇ ਸੱਜੀ ਇਧਰੋਂ ਥੋੜੀ ਜਿਹੀ ਸੀ ਨਹੀਂ ਜਿਹੜੀ ਨਾ ਥੱਲੋਂ ਖਟੜੀਆਂ ਤਾਂ ਮਿੱਟੀ ਹੋਰ ਡੇਗ ਜਾਂਦੀ 60 60 ਕਿਨ ਥੱਕੇ ਪੈਖੀ ਹੁਣ ਜਾ ਕੇ ਨਾ ਸਫਾਈ ਹੋ ਗਈ ਹੈ ਮੈਂ ਵੀ ਲੱਗੇ ਹੋਏ ਹੱਥਾਂ ਦੇ ਦੇਖੋ ਮੇਰਾ ਔਰ ਮੈਂ ਇਹ ਦੇਖੋ ਕਿੰਨੀ ਪਿਆਰੀ ਜਿਹੜਾ ਗਾਰਡਨ ਦੀ ਸਫਾਈ ਕੀਤੀ ਹੈ ਤੁਹਾਨੂੰ ਦੋਹਾਂ ਨੂੰ ਚਮਕਾ ਨਜ਼ਰ ਆ ਰਹਾ ਹੈ ਗਾਰਡਨ ਬਿਹਤਰੀਨ ਬਿਚਲੀ ਜਗ੍ਹਾ ਤੇ ਹਾਲੇ ਮੈਂ ਹੋਰ ਸਾਫ ਕਰਨੀ ਹੈ ਕਿਉਂਕਿ ਘਾਹ ਵਗੈਰਾ ਹੈਗਾ ਉਹਦੇ ਵਿੱਚ ਥੋੜੇ ਬਹੁਤ ਬੂਟੇ ਵੀ ਐਕਸਟਰਾ ਨੇ ਉਹ ਵੀ ਪਟਣੇ ਨੇ ਔਰ ਅੱਜ ਵਿਲਾਗ ਸਾਰਾ ਗਾਰਡਨ ਦੇ ਵਿੱਚ ਇਹ ਛੋਟੇ ਛੋਟੇ ਜਿਹੜੇ ਬੂਟੇ ਨਜ਼ਰ ਆ ਰਹੇ ਨੇ ਇਹ ਵੀ ਹਾਲੇ ਤੱਕ ਇਹਨਾਂ ਦੀ ਸਫਾਈ ਕਰਨੀ ਹੈ ਪਟਣੇ ਨੇ ਔਰ ਗੁਲਾਬ ਹੁਣ ਦੇਖੋ ਕਿੰਨੇ ਪਿਆਰੇ ਲੱਗ ਰਹੇ ਨੇ ਜ਼ਬਰਦਸਤ ਕਿਉਂਕਿ ਥੱਲੇ ਉਹਨਾਂ ਦਾ ਕਿੰਨਾ ਕਚਰਾ ਵਗੈਰਾ ਹੈਗਾ ਸੀ ਇਹਨਾਂ ਸਾਰਾ ਮੈਂ ਸਾਫ ਕਰ ਦਿੱਤਾ ਹੁਣ ਤੇ ਨਹੀਂ ਹੋ ਰਾਮ ਦੀ ਨਹੀਂ ਮੈਂ ਤਾਂ ਹੋ ਗਈ ਹੈ ਸਾਫ ਤੇ ਹੋ ਗਈ ਹੈ ਇਹਨਾਂ ਦਰਮਾੜਾ ਮਾੜਾ ਜਿਹੜਾ ਨੇ ਤਾਂ ਮੋਸਾ ਮਰਨੇ ਮਾਰ ਕੇ ਤਿੰਨ ਦੀ ਸਾਰੀ ਸ਼ੁਰੂ ਕਰੀ ਆਪਾਂ ਬਿਲਕੁਲ ਬਾਗਾਂ ਦੇ ਜਿਹੜੇ ਨੇ ਦੋ ਕੰਮ ਰਹਿ ਗਏ ਨੇ ਹਿੱਕ ਤੇ ਸਮਝ ਲੋ ਕਿ ਇਹ ਪੱਟਣ ਵਾਲੇ ਐਸੀ ਪੱਟ ਨੇ ਛੋਟੇ ਛੋਟੇ ਜਿਹੜੇ ਬੂਟੇ ਹੈਗੇ ਸੀ ਜਿੰਨੇ ਖੜੇ ਹੋਏ ਇਹ ਵਿੱਚੋਂ ਪੱਟਣਾਂ ਗਾਹ ਦੀ ਹੋ ਰਹੀ ਹੈ ਸਫਾਈ ਔਰ ਦੂਸਰਾ ਕੰਮ ਰਹਿ ਗਿਆ ਜੀ ਝਾੜੂ ਮਾਰਨਾ ਝਾੜੂ ਮਾਰ ਲਿਆ ਤੇ ਬਿਲਕੁਲ ਹੋ ਜਾਵੇਗੀ ਵੀ ਆਈ ਪੀ ਸਫਾਈ ਔਰ ਬਾਕੀ ਸਫਾਈ ਜਿਹੜੇ ਟੋਟਲ ਸਾਰੇ ਗਾਰਡਨ ਦੀ ਜਣੀ ਕਰ ਲਈ। ਜਾੜੂ ਰਹਿ ਗਏ। ਤੇਰੀ ਭਾਈ ਜਿਹੜਾ ਨਾ ਚਲਾ ਗਿਆ ਹੈ ਔਰ ਮੇਰੀ ਦੇ ਲੱਗੀ ਸੀ ਕਿ ਇੱਥੇ ਹੀ ਰਾਤ ਨੂੰ ਜਿਹੜਾ ਰਸੋਵਾਂ ਕਿਉਂ ਕੋ ਫਸਟ ਟਾਈਮ ਜਿਹੜੀ ਟਮ ਵਗੈਰਾ ਲੈਣੀਆਂ ਲੇਕਿਨ ਪੈਸੇ ਕੋ ਨਹੀਂ ਹੈਗੇ। ਇਹ ਪੈਸੇ ਮੈਂ ਲੈ ਕੇ ਅੱਜ ਆ ਜਾਂਦਾ ਨਾ ਫਿਰ ਤਮਸਲਾ ਕੋ ਨਹੀਂ ਸੀ ਫਿਰ ਮੈਂ ਨਾ ਹੀ ਜਾਂਦਾ। ਗਾਰ ਵਗੈਰਾ ਚੱਕਰ ਕਿਉਂਕਿ ਇੱਕ ਤਾਂ ਜਿਹੜਾ ਹੈਗਾ ਨਾ ਮੈਂ ਮੋਬਾਈਲ ਜਿਹੜਾ ਕਰ ਰੱਖ ਕੇ ਆਇਆ ਸੀ ਮੈਂ ਹੁਣ ਫੋਨ ਕੀਤਾ ਮੈਂ ਉਹਨਾਂ ਨੂੰ ਕਹੂ ਸੀ ਕਿ ਮੈਂ ਆਉ ਕੋਈ ਨਹੀਂ ਤੇ ਉਹ ਮੋਬਾਈਲ ਵੀ ਜਿਹੜਾ ਹੈਗਾ ਨਾ ਬੰਦ ਹੈ ਹੋਰ ਇੰਤਜ਼ਾਮ ਵਗੈਰਾ ਵੀ ਕੋਈ ਨਹੀਂ ਹੈ ਤੇ ਉਹ ਵੀ ਕੱਲ ਦਾ ਸਮਾਂ ਦ ਸ਼ਾਇਦ ਕਿ ਆ ਸੀ ਕਿ ਸ਼ਾਇਦ ਜਿਹੜਾ ਨਾ ਮੈਂ ਨਾ ਆਵਾ ਠੀਕ ਹੈ ਤੇ ਅੱਗੋਂ ਕੁਛ ਸਾਫ ਕਿਤਾਬੇ ਇਸ ਤਰ੍ਹਾਂ ਤਾਂ ਬਣ ਗਿਆ ਲੇਕਿਨ ਇਹ ਕਿ ਹੁਣ ਮੈਨੂੰ ਮਜਬੂਰੀਆਂ ਦੋ ਤੋਂ ਤਿੰਨ ਤਿੰਨ ਇੱਕ ਤਾਂ ਪੈਸੇ ਲੈ ਕੇ ਆਣੇ ਨੇ ਸਬੂ ਫਸਟ ਟਾਈਮ ਇਟਾਂ ਲੈਣੀਆਂ ਨੇ ਔਰ ਉਧਰ ਮੈਂ ਗਿਆ ਵੀ ਤੇ ਸਬੂ ਸਾਂਝਰੇ ਸਾਂਝਰੇ ਜਿਹੜਾ ਹੈ ਨਾ ਜਾਣਾ ਪੈਣਾ ਮਸਲਨ ਪੱਠੇ ਤੇ ਉਧਰੋਂ ਜਿਹੜਾ ਪੈਸੇ ਲੈ ਕੇ ਔਰ ਇਸੇ ਗੱਲ ਤੋਂ ਸਮਝ ਲੋ ਕਿ ਨਾ ਮੈਂ ਪਹਿਲੇ ਜਿਹੜਾ ਨਾ ਕਰਦਾ ਕੰਮ ਖਤਮ ਕੀਤਾ ਕਿ ਜਾਨ ਛੁੱਟੇ ਤੰਗ ਆ ਜਾਂਦਾ ਬੰਦਾ ਯਕੀਨ ਕਰ ਜਾ ਥੱਕ ਜਾਂਦਾ ਕੰਮ ਕਰਾ ਕਰਾ ਕੇ ਔਰ ਹੁਣ ਫੇਰ ਜਿਹੜਾ ਹਨ ਮੈਂ ਰੋਜ਼ ਆਣਾ ਜਾਣਾ ਜਿਹੜਾ ਹੈਗਾ ਨਾ ਇੰਨੀ ਸਰਦੀ ਦੇ ਵਿੱਚ ਸਾਈਵਾਲ ਤੋਂ ਇੱਥੇ ਜਿਹੜਾ ਨਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਔਰ ਹੁਣ ਮੈਂ ਸਬੋ ਫਸਟ ਟਾਈਮ 7-8 ਵਜੇ ਅਗਰ ਪੈਸੇ ਲੈ ਕੇ ਨਾ ਆਵਾਂ ਬੱਠੇ ਤੇ ਇੱਟਾਂ ਨਾ ਲੈਵਾਂ ਤਾਂ ਮਿਸਤਰੀ ਸਬੋ ਆਵੇਗਾ ਤੇ ਉਹ ਜਿਹੜਾ ਬੈਠਾ ਰਹੇਗਾ ਹੁਣ ਮਜਬੂਰੀ ਡਬਲ ਤੋਂ ਟ੍ਰਿਪਲ ਹੈ ਹੁਣ ਮੈਂ ਸੋਚ ਰਿਹਾ ਚੁੱਪ ਕਰਕੇ ਜਿਹੜਾ ਨਿਕਲ ਜਾਣਾ ਇੱਕ ਦੋ ਦਿਨ ਦੀ ਗੱਲ ਹੈ ਅੱਲਾ ਖੈਰ ਕਰੇਗਾ ਕਿਉਂਕਿ ਸਬੋਧ ਦੀ ਡੈੜੀ ਤੇ ਉਸਰ ਨਹੀਂ ਸਕਦਾ ਸਬੋਧ ਦਿਨ ਵੀ ਲੱਗੇਗਾ ਪਰ ਸੋਹੰਦਾ ਦੋ ਦਿਨ ਚੱਲਾ ਕਰੇਗਾ ਜਿਹੜਾ ਨਾ ਕੰਮ ਮੁੱਕ ਜਾਵੇਗਾ ਜਾਨ ਛੁੱਟੇਗੀ ਇੱਕ ਜਰਸੀ ਸਪਾਈ ਹੋਈ ਹੈ ਦੂਸਰੀ ਵੀ ਜਿਹੜੀ ਨੂੰ ਉੱਪਰ ਪਾਣੇ ਆ ਡਬਲ ਹੋ ਗਈ ਨਾ ਫਿਰ ਸਰਦੀ ਨਹੀਂ ਲੱਗੇਗੀ ਦੁੰਦ ਜਿਹੜੀ ਹੈ ਨਾ ਹੁਣੇ ਨਾ ਬਾਹਰ ਬਣੀ ਖੜੀ ਕਾਫੀ ਸਾਰੀ ਕੁਛ ਜਿਹੜਾ ਨਾ ਨਜ਼ਰ ਨਹੀਂ ਆ ਰਿਹਾ ਪਤਾ ਨਹੀਂ ਮੈਂ ਜਾਣਾ ਕਿਸ ਤਰ੍ਹਾਂ ਮੈਨੂੰ ਕੁਝ ਸਮਝ ਨਹੀਂ ਆ ਰਹੀ ਔਰ ਬਾਕੀ ਮੈਂ ਸਾਰਾ ਜਿਹੜਾ ਨਾ ਆਪਣਾ ਸਰਦੀ ਦਾ ਬੰਦੋਬਸਤ ਜਿਹੜਾ ਹੈਗਾ ਨਾ ਕਰ ਲਿਆ ਔਰ ਉਮੀਦ ਹੈ ਹੱਥਾਂ ਦੇ ਦਸਤਾਨੇ ਜਿਹੜੇ ਹੈਗੇ ਨੇ ਉਹ ਵੀ ਲੈਣੇ ਆ ਹੁਣ ਘਰ ਜਿਹੜਾ ਨਾ ਅਲਹਮਦੁਲਿਲਾ ਪਹੁੰਚ ਆਇਆ ਸੀ ਆਂਦਲਾਂ ਹੱਥ ਵਗੈਰਾ ਜਿਹਨਾਂ ਗਰਮ ਕੀਤੇ ਨੇ ਔਰ ਨਾ ਹੱਥ ਦਰਦ ਹੁੰਦੇ ਪੈਣੇ ਉਹਦੀ ਵਜ੍ਹਾ ਇਹ ਹੈ ਕਿ ਬਹੁਤ ਜ਼ਿਆਦਾ ਦਰਦ ਹੁੰਦੇ ਪੈਣ ਸਾਰਾ ਦਿਨ ਹੱਥ ਨਾਲ ਜਿਹੜਾ ਨਾ ਚੋਕੀ ਵਗੈਰਾ ਕੀਤੀ ਇਹਨ ਪੂਰੇ ਗਾਰਡਨ ਨੂੰ ਸਮਾਂ ਲੋਕੇ ਨਾ ਕਾਫੀ ਦਿਨਾਂ ਪਾਕਿਸਤਾਨ ਦਾ ਕੰਮ ਕੀਤਾ ਕਰਨੇ ਉਂਗਲਾਂ ਵਗੈਰਾ ਨਾਲ ਕਾਫੀ ਦਰਦ ਕਰਦੀ ਬੇਗਮ ਸਹਿਬਨ ਕਿਆ ਜੀ ਚਾਹ ਵਗੈਰਾ ਜਿਹੜਾ ਨਾ ਬਣਾ ਦੇ ਔਰ ਬੇਗਮ ਸਾਹਿਬਾ ਜਿਹੜਾ ਚਾਹ ਵਗੈਰਾ ਬਣਾ ਰਹੀ ਹੈ ਨਾ ਨਡੇ ਉਬਾਲੂਗਾ ਔਰ ਨਾਲ ਅੰਡੇ ਜਿਹੜਾ ਨਾ ਇੱਕ ਵੀ ਨਹੀਂ ਦੋ ਅੰਡੇ ਗਰਮ ਕਰ ਬਾਲ ਗਰਮ ਕਰ ਕਹਿ ਰਿਹਾ ਮੈਂ ਤੇ ਸਾਰੀ ਗੱਲਾਂ ਕਰਨੀਆਂ ਵੀ ਬੁੱਲੀਆਂ ਖੜੀਆਂ ਨੇ ਸਹੀ ਪੁੱਛੋ ਤਾਂ ਇੰਨੀ ਸਰਦੀ ਦੇ ਵਿੱਚ ਤੇ ਬਾਕੀ ਕਰਦੇ ਹਾਂ ਜੀ ਅੱਜ ਦਾ ਵਲਾਗ ਇੱਥੇ ਖਤਮ ਇਨਸ਼ਾਅੱਲਾ ਜੇ ਨਾ ਕੱਲ ਮੁਲਾਕਾਤ ਹੋਵੇਗੀ ਖੁਦਾ হাফেজ ਅੱਲਾ ਨਿਗੇਬਾਨ ਔਰ ਵਲਾਗ ਕੱਲ ਵੀ ਛੋਟਾ ਅੱਜ ਵੀ ਛੋਟਾ ਇਨਸ਼ਾਅੱਲਾ ਥੋੜਾ ਬਹੁਤ ਹੌਣ ਸਮਝ ਕੇ ਕਰਦਾ ਕੰਮ ਜਿਹੜਾ ਹੋ ਜਾਂਦਾ ਹੈ ਨਾ ਤੇ ਫਿਰ ਬਾਅਦ ਵਿੱਚ ਵਲਾਗ ਬਣਾਵਾਂਗੇ ਇਕੱਠੇ ਇਨਸ਼ਾਅੱਲਾ ਤੇ ਆਪਣੇ ਸਮਝ ਲੋਕੇ ਨਾਲ ਕੰਮ ਬਿਲਕੁਲ ਸਾਰਾ ਖਤਮ ਕਰ ਲਿਆ ਸੀ ਲੇਕਿਨ ਕੰਮ ਮੇਰੇ ਪਿੱਛੇ ਪਿੱਛੇ ਚੱਲੇ ਆ ਰਿਹਾ ਹੈ ਪਿੱਛੇ ਪਿੱਛੇ ਚੱਲੇ ਆ ਰਿਹਾ ਔਰ ਸਮਝ ਲੋਕੇ ਨਾਲ ਹੁਣ ਦਿੱਲੀ ਆਣਾ ਜਾਣਾ ਜਿਹੜਾ ਹੈਗਾ ਨਾ ਤਿੰਨ ਚਾਰ ਦਿਨ ਮੇਰਾ ਲੱਗਿਆ ਰਹੇਗਾ ਔਰ